ਜਿਹੜੇ ਹੈਲੀਫੈਕਸ ਬੇਸਡ ਜਿਹੜੀ ਕਾਲਜ ਆ, ਕਾਲਜ ਨਹੀਂ ਹੈਗਾ ਬੇਸਿਕਲੀ, ਕੋਈ ਯੂਨੀਵਰਸਿਟੀ ਆ, ਉਹਦਾ ਨਾਮ ਹੈਗਾ ਡਲਹੌਜ਼ੀ ਯੂਨੀਵਰਸਿਟੀ, ਕਿਉਂਕਿ ਇੱਥੇ ਦੀ ਬਹੁਤ ਫੇਮਸ ਤੇ ਬਹੁਤ ਵਧੀਆ ਯੂਨੀਵਰਸਿਟੀ ਆ। ਉਹਦੇ ਵਿੱਚ ਲਗਭਗ ਸਾਰੇ ਕੋਰਸਿਸ ਹੈਗੇ ਨੇ, ਚਾਰ ਸਟ੍ਰੀਮ ਦੇ ਕੋਰਸ ਤੁਹਾਨੂੰ ਮਿਲ ਜਾਣੇ, ਲਾਈਕ ਆਰਟਸ ਦੇ ਵੀ ਹੈਗੇ ਨੇ, ਨਾਨ ਮੈਡੀਕਲ ਦੇ ਵੀ ਹੈਗੇ, ਮੈਡੀਕਲ ਦੇ ਵੀ ਹੈਗੇ ਆ, ਤੇ ਕਮਰਸ ਦੇ ਵੀ ਹੈਗੇ ਨੇ। ਤੇ ਉਹ ਡਲਹੌਜ਼ੀ ਯੂਨੀਵਰਸਿਟੀ ਦਾ ਬਟ ਇੱਕ ਕ੍ਰਾਈਟੀਰੀਆ ਆ, ਜੋ ਕਿ ਥੋੜ੍ਹਾ ਜਿਹਾ ਮੈਨੂੰ ਵੀ ਆਪਣੇ ਚੱਲ ਗਿਆ ਸੀ, ਉਹ ਸਿਰਫ ICSE ਬੋਰਡ ਤੇ CBSE ਬੋਰਡ ਵੀ ਸਿਲੈਕਟ ਕਰਦੇ ਨੇ, ਉਹਨਾਂ ਵੀ ਪਾਈ ਚੱਕਦੇ ਨੇ, ਉਹ ਪੰਜਾਬ ਬੋਰਡ ਨੂੰ ਨਹੀਂ ਲੈਂਦੇ। ਜਾਂ ਜਿੱਥੇ ਦਾ ਵੀ ਮਤਲਬ ਕਿਸੇ ਵੀ ਆਪਣੇ ਇੰਡੀਆ ਵਿੱਚ ਸਟੇਟ ਦੇ ਵਿੱਚ ਕਿਸੇ ਦਾ ਆਪਣਾ ਬੋਰਡ ਹੋਵੇ, ਜਿਵੇਂ ਹਰਿਆਣਾ ਬੋਰਡ ਹੋ ਗਿਆ ਜਾਂ ਕੋਈ ਹੋ ਗਿਆ, ਰਾਜਸਥਾਨ ਬੋਰਡ ਹੋ ਗਿਆ, ਉਹ ਐਕਸੈਪਟ ਨਹੀਂ ਕਰਦੇ, ਉਹ ICSE ਬੋਰਡ ICSE ਬੋਰਡ ਤੇ CBSE ਬੋਰਡ ਹੀ ਐਕਸੈਪਟ ਕਰਦੇ ਨੇ। ਤੇ ਉਹਦੀ ਫੀਸ ਵੀ ਥੋੜ੍ਹੀ ਕਾਫੀ ਆ, ਤੇ ਬਹੁਤ ਵਧੀਆ ਯੂਨੀਵਰਸਿਟੀ ਇੱਥੇ ਸੈਕਿੰਡ, ਇੱਥੇ ਦਾ ਕਮਿਊਨਿਟੀ ਕਾਲਜ ਆ, ਜੋ ਕਿ ਬਹੁਤ ਹੀ ਰੀਜਨੇਬਲ ਪ੍ਰਾਈਸ ਤੇ ਰੀਜਨੇਬਲ ਫੀਸ ਤੇ ਬੱਚੇ ਆਉਂਦੇ ਨੇ ਇੱਥੇ। ਉਹ ਹੈਗਾ NSCC, ਜੋ ਕਿ ਉਹਦੀ ਫੁੱਲ ਹੈਗੀ ਆ ਨਵਾ ਸਕੋਸ਼ੀਆ ਕਮਿਊਨਿਟੀ ਕਾਲਜ। ਤੇ ਉਹਦੀ ਫੀਸ ਵੀ ਬਹੁਤ ਰੀਜਨੇਬਲ ਆ, ਕਿਉਂਕਿ ਹੈਗੇ ਦੋਨੇ ਪਬਲਿਕ ਕਾਲਜ ਸੀ, ਮਤਲਬ ਦੋਨੋਂ ਦੋਨਾਂ ਦੀ ਐਂਟਰ ਆਉਂਦੇ ਨੇ, ਡਲਹੌਜ਼ੀ ਯੂਨੀਵਰਸਿਟੀ ਵੀ ਆਉਂਦੀ ਹੈ ਅਤੇ ਨਵਾ ਸਕੋਸ਼ੀਆ ਕਮਿਊਨਿਟੀ ਕਾਲਜ ਵੀ ਉਹਨਾਂ ਨੇ ਐਂਟਰ ਕੀਤਾ।